ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਹਾਸੇ ਦਾ ਤਮਾਸ਼ਾ ਬਣ ਜਾਂਦਾ, ਹਾਸੇ ਦਾ ਤਮਾਸ਼ਾ ਬਣ ਗਿਆ। ਪਤਾ ਵੀ ਨਹੀਂ ਜੀ, ਸਾਡੇ ਅੱਜ ਸੁਪਨਿਆਂ ਦੇ ਘਰ ਵਿੱਚ ਬਾਪੂ ਕੇਸਰ ਸਿੰਘ, ਸਰਦਾਰ ਕੇਸਰ ਸਿੰਘ ਢਾਲੀਵਾਲ, 17 ਸਾਲਾਂ ਬਾਅਦ ਅੱਜ ਫਿਰ ਦੁਬਾਰਾ ਇਹਨੂੰ ਮੰਜੇ 'ਤੇ ਪੈਣਾ ਪੈ ਗਿਆ। ਗੱਲ ਤਕਲੀਫ ਦੀ ਵੀ ਆ, ਦੁੱਖ ਦੀ ਵੀ ਆ, ਪਰ ਸਾਡੇ ਬਾਪੂ ਦੇ ਵਾਸਤੇ ਇਹ ਗੱਲ, ਇਹ ਗੌਲਦਾ ਨਹੀਂ ਕੋਈ ਖਾਸ ਇਸ ਗੱਲ ਨੂੰ, ਕਿਉਂਕਿ ਇਹਨੇ ਬੜੀਆਂ ਵੱਡੀਆਂ ਤਕਲੀਫਾਂ ਦੇਖੀਆਂ। ਜਦੋਂ ਬਾਪੂ ਕੇਸਰ ਸਿੰਘ ਢਾਲੀਵਾਲ ਨੂੰ ਲੈ ਕੇ ਆਏ ਸੀ, ਆਪਣੇ ਹੀ ਪਿੰਡ ਵਿੱਚ ਘੁੰਮ ਰਿਹਾ ਸੀ ਬਾਪੂ, ਕੀੜੇ ਪਏ ਸੀ ਲੱਤ 'ਚ, ਉਦੋਂ ਨਹੀਂ ਪਰਵਾਹ ਕੀਤੀ ਬਾਪੂ ਨੇ। ਅੱਜ ਬਾਪੂ ਦੇ ਇੱਕ ਸੱਟ ਲੱਗ ਗਈ, ਹਾਸੇ ਖੇਡੇ ਦੇ ਵਿੱਚ ਹੀ ਸਾਡੇ ਸ਼ੋਕ ਆ, ਬਾਈ ਭੌਰਲੇ ਪਿੰਡ ਤੋਂ ਲਿਆਂਦਾ ਸੀ ਉਹਨੂੰ, ਬਾਈ ਨੂੰ 12 ਸਾਲਾਂ ਤੋਂ ਸੰਗਲ ਨਾਲ ਬੰਨਿਆ ਸੀ ਘਰੇ, ਉਹਨੂੰ ਵੀ 7 ਸਾਲ ਹੋ ਗਏ ਸਾਡੇ ਕੋਲ, 6-7 ਸਾਲ ਰਹਿੰਦਿਆਂ ਨੂੰ। ਅਤੇ ਉਹ ਕਈ ਵਾਰੀ ਜਿਵੇਂ ਕਹਿ ਦਈਏ ਉਹ ਚਾਮਲ ਜਾਂਦਾ ਬਹੁਤ, ਚਾਮਲ ਦਾ ਮਤਲਬ ਇੱਕਦਮ ਉਹ ਹਾਕਾਂ ਉੱਚੀ ਉੱਚੀ ਜਕਾਰੇ ਲਾਉਣ ਲੱਗ ਜਾਂਦਾ, ਨਾਅਰੇ ਲਾਉਣ ਲੱਗ ਜਾਂਦਾ, ਹਾਕਾਂ ਮਾਰਨ ਲੱਗ ਜਾਂਦਾ, ਭੱਜਾ ਦੌੜ ਜੀ ਕਰਨ ਲੱਗ ਜਾਂਦਾ। ਅਤੇ ਉਹ ਗੁਰੂ ਘਰ ਤੋਂ ਨਿਕਲ ਰਹੇ ਸੀ ਬਾਹਰ ਗੁਰਦੁਆਰਾ ਸਾਹਿਬ ਤੋਂ, ਕੀ ਹੋਇਆ, ਕੀ ਉਹਨੇ ਆ ਕੇ ਕੀ ਕੀਤਾ? ਮੈਂ ਜੁੱਤੀ ਪਾਉਂਦਾ ਜੀ, ਉਹ ਮੁੰਡੇ ਦੇ ਮਗਰ ਭੱਜਿਆ ਹੋਇਆ ਸੀ, ਪਤਾ ਨਹੀਂ ਉਹ ਕਿਹੜਾ ਸੀ ਮੁੰਡਾ ਜਿਹਦੇ ਮਗਰ ਭੱਜਿਆ ਸੀ, ਆ ਕੇ ਬਹਿ ਦੇ ਕੇ ਮੇਰੇ ਵਿੱਚ ਲੱਗਿਆ, ਛੋਕ ਲੱਗਿਆ, ਛੋਕ ਲੱਗਿਆ, ਮੈਂ ਡਰਿਆ, ਮੇਰੇ ਤੋਂ ਤਾਂ ਉੱਠੂ ਨਹੀਂ ਵਾ। ਅਤੇ ਬਾਪੂ ਜ਼ੋਰ ਦੀ ਥੱਲੇ ਡਿੱਗ ਪਿਆ, ਅਤੇ ਆ ਚੂਲੇ ਦੀ ਹੱਡੀ ਕਰੈਕ ਹੋ ਗਈ, ਚੂਲਾ ਟੁੱਟ ਗਿਆ ਬਾਪੂ ਦਾ। ਅਤੇ ਉਹ ਇੱਕ ਤਾਂ ਹੁਣ ਉਮਰ ਬਾਪੂ ਦੀ ਤੁਹਾਨੂੰ ਪਤਾ ਹੈ ਨਾ, 60-65 ਸਾਲ ਦੀ ਆ, ਅਤੇ ਸਰੀਰ ਵੀ ਬਾਪੂ ਦਾ ਭਾਰਾ ਹੋ ਗਿਆ ਸੀ ਹੁਣ ਕਾਫੀ ਜ਼ਿਆਦਾ। ਅਤੇ ਵਾਹਿਗੁਰੂ ਕਿਰਪਾ ਕਰਨ, ਬਾਪੂ ਕੇਸਰ ਸਿੰਘ ਜੀ ਨੂੰ ਤਕੜਾ ਕਰਨ, ਤੰਦਰੁਸਤ ਕਰਨ, ਅਰਦਾਸ ਵੀ ਕਰਿਓ ਸਾਰੇ ਜਾਣੇ। ਸਾਡੇ ਪਰਿਵਾਰ ਦਾ ਸਭ ਤੋਂ ਪਹਿਲਾ ਮੈਂਬਰ ਆ ਸਾਡਾ ਬਾਪੂ ਕੇਸਰ ਸਿੰਘ ਢਾਲੀਵਾਲ, ਇਸ ਘਰ ਦਾ ਨੀਂਹ ਪੱਥਰ ਰੱਖਣ ਵਾਲਾ, ਇਸ ਘਰ ਨੂੰ ਸਿੰਜ ਕੇ ਨਿੱਕੇ ਜਿਹੇ ਪੌਦੇ ਨੂੰ ਦਰਖਤ ਬਣਾਉਣ ਵਾਲਾ ਬਾਪੂ ਕੇਸਰ ਸਿੰਘ ਢਾਲੀਵਾਲ, ਜਿਹਨੇ ਇਸ ਘਰ ਨੂੰ ਆਪਣੇ ਕੀੜਿਆਂ ਅਤੇ ਆਪਣੇ ਖੂਨ ਦੇ ਨਾਲ ਸਿੰਜਿਆ ਹੋਇਆ। ਅਸੀਂ ਅਕਸਰ ਕਹਿੰਦੇ ਹਾਂ, ਲੋਕ ਸਾਨੂੰ ਕਹਿੰਦੇ, ਅਸੀਂ ਇਹਨਾਂ ਦੀ ਸੇਵਾ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਇਹ ਕੀੜੇ ਤਾਂ ਸਾਡੇ ਇਹਨਾਂ ਨੇ ਕੱਢੇ ਆ। ਲੋਕ ਕਹਿੰਦੇ ਤੁਸੀਂ ਬਾਪੂ ਕੇਸਰ ਦੇ ਕੀੜੇ ਕੱਢੇ ਆ, ਬਹੁਤ ਧੰਨਵਾਦ ਤੁਹਾਡਾ। ਅਸੀਂ ਕਹਿੰਦੇ ਨਹੀਂ, ਬਾਪੂ ਕੇਸਰ ਸਿੰਘ ਢਾਲੀਵਾਲ ਨੇ ਸਾਡੇ ਦਿਮਾਗ 'ਚ ਪਏ ਹੋਏ ਕੀੜੇ ਕੱਢੇ, ਜਿਹੜਾ ਬਸ ਇੱਕੋ ਹੀ ਤਰ੍ਹਾਂ ਦੀ ਸੋਚ ਰੱਖਦੇ ਸੀ, ਵੱਡੀਆਂ ਕੋਠੀਆਂ, ਵੱਡੀਆਂ ਕਾਰਾਂ, ਵੱਡੇ ਵੱਡੇ ਕਾਰਖਾਨੇ, ਉਹ ਕੀੜੇ ਬਾਪੂ ਨੂੰ ਦੇਖ ਕੇ, ਬਾਪੂ ਦੇ ਕੀੜੇ ਕੱਢਦੇ ਹਾਂ, ਸਾਡੇ ਦਿਮਾਗ ਦੇ ਉਹ ਕੀੜੇ ਖਤਮ ਹੋ ਗਏ ਅਤੇ ਸਾਨੂੰ ਸਿੱਧੇ ਰਾਹ ਪਾਇਆ ਬਾਬੇ ਨਾਨਕ ਨੇ। ਪਰ ਅੱਜ ਬਾਪੂ ਦੇ ਸੱਟ ਲੱਗਣ ਕਰਕੇ ਹੁਣ ਬਾਪੂ ਦੇ ਪੋਤੇ ਦੀ ਲੋਹੜੀ ਵੀ ਸੀ ਇਸ ਵਾਰ, ਬਾਪੂ ਦੇ ਘਰ ਦਾ ਮੁੱਢ ਵੱਜਿਆ, ਇਹਦਾ ਬੇਟੇ ਦਾ ਵਿਆਹ ਹੋਇਆ ਪਿਛਲੇ ਤੋਂ ਪਿਛਲੇ ਸਾਲ, ਪਿਛਲੇ ਸਾਲ ਬਾਪੂ ਦੇ ਘਰ ਪੋਤਾ ਹੋ ਗਿਆ, ਐਗਤੀ ਬਾਪੂ ਦੇ ਪੋਤੇ ਦੀ ਲੋਹੜੀ ਮਨਾਉਣੀ ਸੀ। ਹੁਣ ਬਾਪੂ ਥੋੜ੍ਹੇ ਦਿਨ ਪਹਿਲਾਂ ਹੀ ਕਹਿੰਦਾ ਹੱਟਿਆ ਵੀ ਮੈਂ ਜਾਣਾ ਗੁੜ ਵੰਡ ਕੇ ਆਉਣਾ ਪਿੰਡ, ਮੈਂ ਕੋਈ ਨਾ ਰੁਕ ਜਾ ਤੈਨੂੰ ਭੇਜਾਂਗੇ, ਆਹ ਸੱਟ ਲੱਗਣੀ ਸੀ, ਆਹ ਸੱਟ ਲੱਗਣੀ ਸੀ, ਹੁਣ ਸੱਟ ਲੱਗ ਗਈ। ਅਰਦਾਸ ਕਰਿਓ ਬਾਪੂ ਦਾ ਚੂਲੇ ਦਾ ਆਪਰੇਸ਼ਨ ਹੋ ਜਾਵੇ ਸਹੀ, ਛੇਤੀ ਛੇਤੀ ਬਾਪੂ ਤੁਰਦਾ ਫਿਰਦਾ ਹੋ ਜਾਵੇ ਸਾਡਾ। ਬਾਪੂ ਕ੍ਰਿਸ਼ਨ ਸਿੰਘ ਢਾਲੀਵਾਲ ਵਾਸਤੇ ਅਰਦਾਸ ਕਰਿਓ ਜੀ ਸਾਰੇ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਾਪੂ ਮੈਨੂੰ ਇਹ ਲੱਗਦਾ ਨਜ਼ਰ ਲੱਗ ਗਈ, ਨਜ਼ਰ ਹੀ ਆ, ਹੋਰ ਤਾਂ ਕੁਛ ਨਹੀਂ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੇਖ ਲੈ ਕੇ ਗੁਰਦੁਆਰਿਓਂ ਨਿਕਲਦਾ ਸੀ, ਇੱਕ ਮੇਰਾ ਵੀਰ ਬਹੁਤ ਗੁੱਸੇ ਵਿੱਚ ਭੱਜਿਆ ਆਉਂਦਾ, ਪਤਾ ਨਹੀਂ ਕਿਹਦੇ ਮਾਰਦਾ ਸੀ, ਮੈਂ ਜੁੱਤੀ ਪਾਉਂਦਾ ਸੀ, ਮੇਰੇ ਵਿੱਚ ਆ ਕੇ ਲੱਗਿਆ, ਬੰਦੇ ਬਹੁਤ ਖੜੇ ਸੀ, ਉਹ ਹੋਰ ਕਿਸੇ 'ਚ ਨਹੀਂ ਲੱਗਿਆ, ਆ ਕੇ ਮੇਰੇ 'ਚ ਹੀ ਲੱਗਿਆ, ਮੈਂ ਆ ਕੇ ਡਿੱਗ ਪਿਆ, ਬਸ ਮੇਰੇ ਤੋਂ ਉੱਠ ਨਹੀਂ ਹੋਇਆ।
ਫਿਰ ਮੈਂ ਪੈ ਗਿਆ। ਫਿਰ ਮੈਂ ਗੱਡੀ ਜੀ 'ਚੋਂ ਆਇਆ, ਇਹ 'ਚ ਐਕਸਰਾ ਕਰਾਇਆ, ਇਹ 'ਚ ਮੇਰੀ ਹੱਡੀ ਟੁੱਟ ਗਈ। ਕੋਈ ਨਹੀਂ ਕੁਛ ਨਹੀਂ ਹੁੰਦਾ, ਤੁਸੀਂ ਤੰਦਰੁਸਤੀ ਰੱਖੇ ਮਹਾਰਾਜ ਉਹਨੂੰ। ਮੈਂ ਤਾਂ ਇਵੇਂ ਹੀ ਰਹਿਣਾ, ਇਹੋ ਜਿਹੀਆਂ ਸੱਟਾਂ ਤਾਂ ਹੁੰਦੀਆਂ ਰਹਿੰਦੀਆਂ, ਪਰ ਆ ਦੂਜੀ ਸੱਟ ਤੀਜੀ ਮੈਂ ਹੁਣ ਦੇਖੀ ਆ, ਜ਼ਿੰਦਗੀ 'ਚ ਮੈਂ ਸੱਟ ਨਹੀਂ ਦੇਖੀ। ਉਹ ਮੇਰੇ ਪਾਪ ਸਹੀ ਮੰਜੇ ਤਾਂ ਨਹੀਂ ਪਿਆ? ਨਾ ਨਾ ਜੀ, ਦਿਨ ਭਰ ਰਾਤ ਕੰਮ ਕੀਤਾ, ਟਰੈਕਟਰ ਪਾਇਆ, ਮੱਕੇ ਛੱਡੇ ਆ, ਵਾਢੀਆਂ ਕੀਤੀਆਂ। ਹੁਣ ਤਾਂ ਲੋਕ ਮਸ਼ੀਨਾਂ ਨਾਲ ਵੱਢਦੇ ਆ, ਅਸੀਂ ਹੱਥਾਂ ਵੱਢੀ ਹਾਰੀ। ਛੋਟੇ ਭਰਾਵਾਂ ਨੂੰ ਵਿਆਹਿਆ, ਛੋਟੇ ਸਾਰਿਆਂ ਨੂੰ ਵਿਆਹ ਕੇ ਪੜ੍ਹਾ ਕੇ ਨੌਕਰੀਆਂ 'ਤੇ ਲਾ ਕੇ ਆਪ ਮਗਰੋਂ ਵਿਆਹ ਕਰਾਇਆ। ਜਦੋਂ ਮੈਂ ਛੋਟਾ ਸੀ, ਜਦੋਂ ਬਾਪੂ 'ਤੇ ਮੁਸੀਬਤ ਆਈ, ਉਦੋਂ ਕੋਈ ਨਹੀਂ ਖੜਿਆ, ਅੱਠੇ ਭਰਾਵਾਂ 'ਚੋਂ ਇੱਕ ਵੀ ਨਹੀਂ ਖੜਿਆ। ਜ਼ਮੀਨ ਵੀ ਮੇਰੀ ਲੈ ਗਏ, ਸਿਆੜ ਮੈਂ ਨਹੀਂ ਛੱਡਿਆ, ਘਰ ਨੂੰ ਵੀ ਪੈ ਨਿਕਲੇ ਸੀ। ਬਸ ਮੈਂ ਕਹਿੰਦਾ ਜੋ ਜਿਹੜਾ ਕੁਛ ਲੈ ਗਏ, ਬਸ ਆਪਣੀਆਂ ਤਾਂ ਬਾਬੇ ਨਾਨਕ ਨਾ ਕਰਨਾ ਵਾ, ਬਚ ਕੇ ਠੀਕ ਆ, ਨਹੀਂ ਬੱਚੇ ਨਾ। ਹੁਣ ਵੀ ਮੈਂ ਕਹਿੰਦਾ ਉਹ ਵੀਰ ਆਪਦਿਆਂ ਤੋਂ ਬਚੋ, ਬਗਾਨਾ ਕੁਛ ਨਹੀਂ ਕਹਿੰਦਾ ਹੁੰਦਾ, ਆਪਦੇ ਡੰਗ ਮਾਰਦੇ ਹੁੰਦੇ। ਵਾਹਿਗੁਰੂ ਵਾਹਿਗੁਰੂ। ਬਗਾਨਾ ਤਾਂ ਚੱਕੂ ਬਾਈ, ਆਪਦੇ ਤਾਂ ਖਾਧੇ ਵੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਬਾਪੂ ਅਸੀਂ ਤੇਰੇ ਪੁੱਤ ਤਾਂ ਫਿਕਰ ਨਹੀਂ ਕਰਨਾ, ਨਹੀਂ ਮੈਂ ਫਿਕਰ ਨਹੀਂ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।